ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਆਈ ਐਮ ਸਟੈਂਡਿੰਗ ਇਨ ਫਰੰਟ ਆਫ ਫਤਿਹ ਨਗਰ ਗੁਰਦੁਆਰਾ, ਔਰ ਇਸ ਗੁਰਦੁਆਰੇ ਕੀ ਕਾਫੀ ਮਾਨਤਾ ਹੈ। ਜੈਸੇ ਕਿ ਬੰਗਲਾ ਸਾਹਿਬ, ਹਨੂੰਮਾਨ ਮੰਦਿਰ, ਜਾਮਾ ਮਸਜਿਦ ਕੇ ਬਾਹਰ ਇਤਨੀ ਸ਼ਰਧਾਲੂ ਸੰਗਤ ਆਤੀ ਹੈ, ਔਰ ਵਹਾਂ ਕਾਫੀ ਸਟ੍ਰੀਟ ਫੂਡ ਹੈ, ਯਹਾਂ ਵੀ ਕਾਫੀ ਸ਼ਰਧਾਲੂ ਔਰ ਸੰਗਤ ਆਤੀ ਹੈ, ਔਰ ਯਹਾਂ ਪੇ ਯੇ ਸਾਹਮਣੇ ਯੇ ਸਟ੍ਰੀਟ ਫੂਡ ਜੋ ਹੈ ਬਹੁਤ ਜ਼ਿਆਦਾ ਪਾਪੂਲਰ ਹੈ। ਤੋ ਆਪਕੋ ਯੇ ਦਿਖਾਤਾ ਹੂੰ ਯਹਾਂ ਕਿਆ ਕਿਆ ਮਿਲਤਾ ਹੈ। ਨਾਮ ਸੇ ਦੇਖੀਏ, ਸਰਦਾਰ ਜੀ ਮਲਾਈ ਚੌਂਕ ਵਾਲੇ। ਜੀ ਹਾਂ, ਕਭੀ ਨਾ ਕਭੀ ਸ਼ਾਇਦ ਆਪਨੇ ਕਭੀ ਇਨਕਾ ਨਾਮ ਸੁਨਾ ਹੋ। ਸੁਭਾਸ਼ ਨਗਰ ਮੇਂ ਇਨਕੀ ਕਾਫੀ ਫੇਮਸ ਸ਼ੌਪ ਹੈ, ਜੋ ਸੋਇਆ ਚਾਂਪ ਵਗੈਰਾ ਸੇਲ ਕਰਤੇ ਹੈ। ਯਹਾਂ ਪੇ ਇਨਕੇ ਪਾਸ ਸੋਇਆ ਚਾਂਪ ਕੇ ਸਾਥ ਯੇ ਫਰਾਈਡ ਆਈਟਮਸ ਵੀ ਹੈ, ਫਰੈਂਚ ਫਰਾਈਸ, ਸਪਰਿੰਗ ਰੋਲ ਵਗੈਰਾ। ਯਹਾਂ ਕਾ ਜੋ ਮੇਰਾ ਫੇਵਰੇਟ ਹੈ, ਜੋ ਮੈਨੇ ਯਹਾਂ ਪਹਿਲੇ ਟਰਾਈ ਕੀਆ ਹੁਆ ਹੈ, ਵੋ ਹੈ ਸਪਰਿੰਗ ਰੋਲ। ਔਰ ਆਜ ਜੋ ਇਨਕੀ ਯੇ ਦੂਸਰੀ ਆਈਟਮਸ ਹੈ, ਜੋ ਮੈਨੇ ਅੱਜ ਤੱਕ ਨਹੀਂ ਕੀ, ਆਜ ਮੈਂ ਵੋ ਟਰਾਈ ਕਰੂੰਗਾ। ਔਰ ਜੋ ਯੇ ਸਾਹਮਣੇ ਸੀਖ ਹੈ, ਯੇ ਟੋਟਲੀ ਵੈਜ ਹੈ, ਸੋਇਆ ਚਾਂਪ। ਐਂਡ ਮੁਝੇ ਨਹੀਂ ਪਤਾ ਇਸਕਾ ਨਾਮ ਸੋਇਆ ਚਾਂਪ ਕਿਉਂ ਰੱਖਾ ਗਿਆ ਹੈ, ਕਿਉਂਕਿ ਸੋਇਆ ਇਨਮੇ ਹੋਤਾ ਨਹੀਂ ਹੈ। ਬਟ ਯੇ ਵੀ ਇੱਕ ਆਰਟ ਹੈ, ਕਿਉਂਕਿ ਯੇ ਜੋ ਸੋਇਆ ਚਾਂਪ ਹੈ, ਇਨਕਾ ਆਪਣਾ ਕੋਈ ਫਲੇਵਰ ਨਹੀਂ ਹੋਤਾ, ਬਿਲਕੁਲ ਫੀਕੀ ਹੋਤੀ ਹੈ। ਔਰ ਯੇ ਸ਼ੈਫ ਕਾ ਆਰਟ ਹੈ ਕਿ ਜੋ ਉਸਕੀ ਮੈਰੀਨੇਸ਼ਨ ਤਿਆਰ ਕਰਤਾ ਹੈ, ਵੋ ਫੀਕੀ ਚੀਜ਼ ਕੋ ਇਤਨਾ ਸਵਾਦ ਬਣਾ ਦੇਤਾ ਹੈ। ਤੋ ਇਸਕੇ ਲੀਏ ਤੋ ਭਾਈ ਤਾਰੀਫ ਕੇ ਲਾਇਕ ਹੈ, ਜੋ ਲੋਕ ਇਸਕੋ ਸੋਇਆ ਚਾਂਪ ਕੋ ਬੜੀਆ ਸੇ ਟੇਸਟੀ ਬਣਾ ਦੇਤੇ ਹੈ। ਤੋ ਯਹਾਂ ਪੇ ਸੋਇਆ ਚਾਂਪ ਕੇ ਬੜੇ ਅਜੀਬੋ ਗਰੀਬ ਨਾਮ ਹੈ। ਤੋ ਜੋ ਸਬਸੇ ਸਪਾਈਸੀ ਥੀ, ਮੈਨੇ ਵੋ ਲਗਵਾ ਦੀ ਹੈ ਸੀਖ। ਔਰ ਇਸਕੇ ਲੀਏ ਯੇ ਦੇਖੀਏ, ਯੇ ਇਨ੍ਹੋਂਨੇ ਮਸਾਲਾ ਤਿਆਰ ਕਰਕੇ ਰੱਖਿਆ ਹੈ, ਜੋ ਯੇ ਉੱਪਰ ਸੇ ਡਾਲਤੇ ਹੈ, ਜਿਸਸੇ ਸਪਾਈਸਿਸ ਵਗੈਰਾ ਇਸਕੇ ਤੇਜ ਕਮ ਵਗੈਰਾ ਉਸਕੇ ਹਿਸਾਬ ਸੇ ਕੀਏ ਜਾਤੇ ਹੈ। ਔਰ ਯੇ ਜੋ ਟ੍ਰਾਈਡ ਐਂਡ ਟੈਸਟਿਡ ਆਈਟਮ ਹੈ ਮੇਰੀ, ਫਰੈਂਚ ਫਰਾਈਸ। ਮੁਝੇ ਇਨਕੇ ਫਰੈਂਚ ਫਰਾਈਸ ਕਾਫੀ ਪਸੰਦ ਹੈ, ਔਰ ਫਰੈਂਚ ਫਰਾਈਸ ਕੇ ਸਾਥ ਜੋ ਮੁਝੇ ਇਨਕੀ ਸੈਕਿੰਡ ਆਈਟਮ ਪਸੰਦ ਹੈ, ਵੋ ਹੈ ਸਪਰਿੰਗ ਰੋਲ, ਜੋ ਕਿ ਮੈਨੇ ਹਾਫ ਪਲੇਟ ਔਡਰ ਕਰ ਦੀ ਹੈ, ਔਰ ਯੇ ਗਿਆ ਪੀਸ। ਯੇ ਦੇਖੀਏ ਸਾਹਮਣੇ ਇੱਕਦਮ ਗੋਲਡਨ ਫਰੈਂਚ ਫਰਾਈਸ ਤਿਆਰ ਹੋ ਗਏ। ਯੇ ਮੇਰੇ ਲਈ ਨਹੀਂ ਹੈ, ਮੈਨੇ ਆਜ ਔਡਰ ਨਹੀਂ ਕੀਏ ਹੈ, ਬਟ ਯੇ ਬਹੁਤ ਲਾਜਵਾਬ ਹੋਤੇ ਹੈ ਇਨਕੇ। ਤੋ ਕਭੀ ਯਹਾਂ ਆਓ, ਔਰ ਆਪਕੋ ਯੇ ਚੀਜ਼ ਪਸੰਦ ਹੋ ਤੋ ਯੇ ਜ਼ਰੂਰ ਟਰਾਈ ਕਰਨਾ। ਔਰ ਯੇ ਮੇਰਾ ਸਪਰਿੰਗ ਰੋਲ ਤਿਆਰ ਹੋ ਗਿਆ ਹੈ, 2 ਮਿੰਟ ਇਸਕੋ ਉੱਪਰ ਛਾਨੀ ਮੇਂ ਰੱਖਾ ਹੈ ਕਿ ਅੱਛੇ ਸੇ ਤੇਲ ਵਗੈਰਾ ਨਿਕਲ ਜਾਏ। ਔਰ ਯੇ ਇਨਕੀ ਮੇਰੀ ਫੇਵਰੇਟ, ਇਸ ਆਊਟਲੈਟ ਕੀ ਮੇਰੀ ਫੇਵਰੇਟ ਆਈਟਮ ਹੈ। ਕਭੀ ਸਪਰਿੰਗ ਰੋਲ ਕਾ ਮਨ ਕਰਤਾ ਹੈ, ਤੋ ਆਈ ਪ੍ਰੈਫਰ, ਮੈਂ ਯਹਾਂ ਆ ਕੇ ਯੇ ਸਪਰਿੰਗ ਰੋਲ ਖਾਣਾ ਪ੍ਰੈਫਰ ਕਰਤਾ ਹੂੰ। ਕਾਫੀ ਕ੍ਰਿਸਪੀ ਹੋਤਾ ਹੈ, ਔਰ ਇੱਕ ਯੇ ਉੱਪਰ ਸੇ ਚਾਟ ਮਸਾਲਾ ਡਾਲਤੇ ਹੈ, ਉਸਕੀ ਵਜ੍ਹਾ ਸੇ ਇਸਕਾ ਟੇਸਟ ਡਬਲ ਲਾਜਵਾਬ ਹੋ ਜਾਤਾ ਹੈ। ਅਭੀ ਯੇ ਦੇਖੀਏ, ਯੇ ਇਸਮੇ ਵੀ ਆਈ ਗੈਸ ਵੋ ਉੱਪਰ ਸੇ, ਯੇ ਮੈਨੇ ਹਾਫ KFC ਚਾਂਪ ਬੋਲੀ ਹੈ। ਔਰ ਯੇ ਦੇਖੀਏ, ਯੇ ਆਵਾਜ਼ ਸੁਣੀ ਕਿਤਨਾ ਕ੍ਰਿਸਪੀ ਹੈ। ਔਰ ਯੇ ਜੋ ਉੱਪਰ ਸੇ ਇਹਨਾਂ ਨੇ ਮਸਾਲਾ ਸਾ ਡਾਲਾ ਨਾ, ਇਸਕਾ ਆਪਣਾ ਟੇਸਟ ਹੈ, ਔਰ ਯੇ ਇਸਕਾ ਟੇਸਟ ਡਬਲ ਕਰ ਦਿੱਤਾ ਹੈ। ਲੰਬੇ ਉਹ ਕੁਝ ਨਹੀਂ ਚਲਾ ਗਏ, ਨਹੀਂ ਨੋਰਮਲ ਹੀ ਰੱਖੋ। ਯੇ ਕਿਆ ਹੈ? ਇਹ ਮੈਚਿਕਨ ਟਿੱਕਾ। ਨਹੀਂ ਨਹੀਂ, ਹਾਂ ਭਈਆ ਆਰਡਰ ਬੋਲੀਏ। ਆਰਡਰ ਹੈ और सोया चाप प्रिपरेशन में ये वही समय है, वही मिक्सिंग का टाइम है, जब इसका टेस्ट अच्छा हो सकता है या बिगड़ सकता है। क्रीम पाना जरा जी। पनीर रोल हो गया या ये रोल?
ये सेकने का क्या फायदा है? गर्म हो रहे थे, ठंडा हो जाता है। अच्छा, ये कह रहे हैं कि जो मसाला मैरिनेशन होती है वो ठंडा हो जाता है, तो ये इसको गर्म कर रहे हैं जिससे अच्छे फ्लेवर्स निकल के आएंगे। तो लीजिए, मेरा स्ट्रीट फूड मेरे सामने सज गया है। और ये सबसे पहली आइटम, ये सोया चाप है। इसकी प्राइस जो मैंने एक सीख ली थी उसकी 100 रुपीज़ प्राइस है, और बहुत बढ़िया महक आ रही है। ये स्प्रिंग रोल है, ये हाफ लिया है मैंने प्लेट, एक पीस 50 रुपये का है ये। और ये तीसरी आइटम है, KFC चाँप है ये इनकी। ये दो पीसेस इन्होंने डाले थे और इसकी 70 रुपये प्राइस है। और ये है साथ में मायो चटनियाँ, ठीक है। तो आइए, जो मैं आपको, जो मुझे यहाँ का फेवरेट है मेरा स्प्रिंग रोल, ये दिखाता हूँ। इसकी फिलिंग देखिए, इसके अंदर ये चौमिन फिल की गई है, और इस चौमिन के साथ बहुत ज़्यादा एक्सपेरिमेंट नहीं किया जाता। वेजीज भी नॉर्मल है, आई गेस होते भी हैं, नहीं भी होते कई बार। सोया चाप मैंने पहली बार ट्राई किया एंड इट वॉज अमेजिंग, बहुत टेस्टी है। और KFC चाप मैंने फर्स्ट टाइम ट्राई की, वो भी मुझे पसंद आई, जबकि अंदर चाप का कोई टेस्ट नहीं है, लेकिन ऊपर जो क्रिस्पीनेस है उसका ऑसम टेस्ट आ रहा है। और जो सबसे बढ़िया ये देखिए, मायो की क्वालिटी और टेस्ट बहुत अच्छा लगा मुझे। ये क्रिस्पी स्प्रिंग रोल तो मेरा फेवरेट है ही। और ये सोया चाप बहुत चटपटी है, और वाह, तीनों ही आइटम बहुत टेस्टी हैं। और इसको एंजॉय करिए ठंडी ठंडी कोल्ड ड्रिंक के साथ। हाँ, प्राइस वाइज आई वुड से थोड़ा सा ज़्यादा है प्राइसेस, तो बट चलो, चीयर्स। प्राइस वाइज थोड़ा सा ज़्यादा है, बट अगर आप प्राइस को साइड कर दें और टेस्ट देखना चाहें तो ये तीनों आइटमें लाजवाब हैं। आपका कभी इधर चक्कर लगे तो इसको एंजॉय करिए। बाय।